ਸੰਸਾਰ ਸਮੁੰਦੇ ਤਾਰ ਗੋਬੇ
ਸਾਰ ਸਮੁੰਦੇ ਤਾਰ ਗੋਬਿੰਦੇ ਤੇਰਾ
अनिल बेड़ा
ਬੇੜਾ ਜਰ ਜਰਾ ਹੋ ਖੇਵ ਨਾ ਸਕੋ ਕਬੀਰ ਬੇੜਾ ਜਰ ਜਰਾ ਫੂਟੇ ਛੇਕ ਹਜ਼ਾਰ ਹੋ ਖੇਵ ਦੇ ਕਪੜਾਂ ਵਿੱਚ ਜੀਵਨ ਦਾ ਬੇੜਾ ਫਸ ਗਿਆ ਹੈ, ਕਿਨਾਰਾ ਨਹੀਂ ਮਿਲ ਰਿਹਾ। ਹਾਲਾਤ ਵਾਲੇ ਸ਼ਬਦ ਦਾ ਮੁੱਖ ਕਨਸੈਪਟ ਸੀ ਲੋਭ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਰੱਖ। ਹੁਣ ਮਸਲਾ ਹੈ ਕਿ ਉਸ ਖਤਰੇ ਤੋਂ ਬਚਾਂ ਕਿਵੇਂ, ਬਚਾਂ ਕਿਵੇਂ? ਲੋਭ ਦਾ ਮੁਕਾਬਲਾ ਕਰਨ ਲਈ ਕਿਹੜਾ ਲਫ਼ਜ਼ ਹੈ, ਕਿਹੜੀ ਸ਼ਕਤੀ ਹੈ? ਹੁਣ ਗੁਰਬਾਣੀ ਵਿੱਚੋਂ ਅਸੀਂ ਇਹ ਦੇਖਣਾ ਹੈ ਕਿ ਲੋਭ ਦਾ ਮੁਕਾਬਲਾ ਹੋ ਰਿਹਾ ਹੈ ਤੇ ਬਰਾਬਰ ਦੇ ਹਥਿਆਰ, ਬਰਾਬਰ ਦੀ ਸ਼ਕਤੀ ਤੇ ਕਿੰਨਾਂ ਦੇ ਹੱਥ ਉਹ ਹਥਿਆਰ। ਮੈਂ ਗੁਰੂ ਨੂੰ ਆਵਾਜ਼ ਕਿਉਂ ਦੇ ਰਿਹਾ ਤੇ ਆਪਣੇ ਪ੍ਰਭੂ ਨੂੰ ਇਹ ਵਾਸਤਾ ਕਿਉਂ ਪਾ ਰਿਹਾ ਕਿ ਮੈਨੂੰ ਗੁਰੂ ਮੇਲ ਦੇ? ਮੈਂ ਡੁੱਬ ਰਿਹਾ ਲੋਭ ਦੀਆਂ ਲਹਿਰਾਂ ਵਿੱਚ, ਡੁੱਬ ਰਿਹਾ, ਮੈਨੂੰ ਤਰਨਾ ਨਹੀਂ ਆਉਂਦਾ। ਅਨਲ ਬੇੜਾ ਹਾਂ ਖੇਵ ਨਾ ਸਕਦਾ। ਹੁਣ ਇੱਕੋ ਤਰੀਕਾ ਹੈ ਕਿ ਹੋ ਦਿਆਲ ਸਤਿਗੁਰ ਮੇਲ, ਤੂੰ ਮੈਨੂੰ ਗੁਰੂ ਮਿਲਾ ਦੇ। ਗੁਰੂ ਦੀ ਲੋੜ ਕਿਉਂ ਪ੍ਰਤੀਤ ਹੋਈ? ਲਓ ਹੁਣ ਇੱਥੋਂ ਬਦਲਵਾਂ ਮੁਕਾਬਲਤਨ ਲਫ਼ਜ਼ ਮਿਲ ਗਿਆ। ਸਤਿਗੁਰੂ ਨੇ ਬਾਣੀ ਵਿੱਚ ਹੀ ਆਖ ਦਿੱਤਾ, ਕਹਿਣ ਲੱਗੇ ਨਾਨਕ ਨਾਨਕ ਗੁਰ ਸੰਤੋਖ ਰੁੱਖ
ਸੰਤੋਖ ਲਫ਼ਜ਼ ਲੋਭ ਦਾ ਵਿਰੁੱਧ ਹੀ ਹੈ। ਜਿੰਨੀ ਦੇਰ ਲੋਭ ਹੋਵੇ ਉਨੀ ਦੇਰ ਸੰਤੋਖ ਨਹੀਂ ਹੁੰਦਾ, ਤੇ ਜਦੋਂ ਸੰਤੋਖੀ ਹੋ ਜਾਏ ਰੱਜ ਜਾਏ, ਬਿਨਾਂ ਸੰਤੋਖ ਨਹੀਂ ਕੋਈ ਰਾਜੇ। ਜਦੋਂ ਸੰਤੋਖੀ ਹੋ ਜਾਏ ਉਦੋਂ ਲੋਭ ਦਾ ਇਫੈਕਟ ਨਹੀਂ ਰਹਿੰਦਾ। ਤੇ ਸੰਤੋਖ ਹੈ ਕਿੱਥੇ, ਇਹਦੀ ਪਰਿਭਾਸ਼ਾ ਇੱਕ ਲਾਈਨ ਵਿੱਚ ਕਰ ਦਿੱਤੀ ਗੁਰੂ ਨੇ। ਕਹਿਣ ਲੱਗੇ ਨਾਨਕ ਗੁਰ ਸੰਤੋਖ ਰੁੱਖ। ਗੁਰੂ ਜਿਹੜਾ ਸੰਤੋਖ ਦਾ ਬਿਰਛ ਹੈ, ਤੇ ਬਿਰਛ ਨੂੰ ਪਹਿਲਾਂ ਫੁੱਲ ਲੱਗਦੇ ਨੇ ਟਾਹਣੀਆਂ ਨੂੰ, ਫਿਰ ਉਹ ਫੁੱਲ ਬਦਲ ਕੇ ਫਲ ਬਣ ਜਾਂਦੇ ਨੇ। ਇਸੇ ਤਰ੍ਹਾਂ ਬਾਣੀ ਨਹੀਂ, ਇਸੇ ਤਰ੍ਹਾਂ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਨਾਨਕ ਗੁਰ ਸੰਤੋਖ ਰੁੱਖ। ਫਲ ਧਰਮ ਫੁੱਲ ਧਰਮ, ਫਲ ਗਿਆਨ ਧਰਮ, ਉਸ ਸੰਤੋਖ ਵਿੱਚੋਂ ਫੁੱਲ ਪੈਦਾ ਹੋਇਆ। ਤੇ ਗਿਆਨ ਉਹਦਾ ਅਸਲ ਰੂਪ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਨਹੀਂ, ਜਾਂ ਗਿਆਨ ਤੇ ਧਰਮ ਹੈ ਗੁਰਬਾਣੀ। ਇਸ ਲਈ ਧਰਮ ਦਾ ਮੁੱਢਲਾ ਰੂਪ ਹੈ ਗਿਆਨ, ਜਿੱਥੇ ਗਿਆਨ ਨਹੀਂ ਉੱਥੇ ਧਰਮ ਨਹੀਂ, ਗੁਰੂ ਨੇ ਫੈਸਲਾ ਦੇ ਦਿੱਤਾ ਹੈ, ਜਾਂ ਗਿਆਨ ਤੇ ਧਰਮ ਹੈ। ਹੁਣ ਇਹ ਤਿੰਨੋਂ ਚੀਜ਼ਾਂ ਇੱਕ ਬਿਰਖ ਵਿੱਚੋਂ ਪੈਦਾ ਹੋਈਆਂ ਨੇ, ਤੇ ਉਹ ਬਿਰਖ ਹੈ ਗੁਰੂ ਨਾਨਕ ਗੁਰ ਸੰਤੋਖ ਰੁੱਖ। ਤੇ ਜਿਹਦੇ ਕੋਲ ਸੰਤੋਖ ਰੁੱਖ ਪੈਦਾ ਹੋ ਜਾਏ ਉਹਨੂੰ ਲੋਭ ਦਾ ਡਰ ਨਹੀਂ ਰਹਿੰਦਾ, ਦੋਵਾਂ ਦਾ ਮੁਕਾਬਲਾ ਚੱਲ ਰਿਹਾ। ਇਹੋ ਕਾਰਨ ਹੈ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੇਖਦੇ ਹਾਂ ਨਾ, ਜਿੱਥੇ ਵੀ ਗੱਲ ਸੱਤ ਦੀ ਆਈ ਹੈ, ਜਿੱਥੇ ਵੀ ਗੱਲ ਧਰਮ ਦੀ ਆਈ ਹੈ, ਜਿੱਥੇ ਸੱਤ ਯੁੱਗ ਦੀ ਆਈ ਹੈ, ਉੱਥੇ ਨਾਲ ਹੀ ਸੰਤੋਖ ਆ ਗਿਆ। ਆਪਾਂ ਰੋਜ਼ ਆਸਾ ਦੀ ਵਾਰ ਤੇ ਇੱਕ ਪੌੜ ਇੱਕ ਸਲੋਕ ਪੜ੍ਹਨੇ, ਸੱਤ ਯੁੱਗ ਰੱਥ। ਅੱਗੇ ਲਫ਼ਜ਼ ਕੀ ਹੈ, ਸੱਤ ਯੁੱਗ ਰੱਥ ਸੰਤੋਖ ਕਾ
ਸਤਯੁਗ ਬਣੇਗਾ ਹੀ ਤਾਂ ਜੇ ਸੰਤੋਖ ਆਵੇਗਾ, ਅਤੇ ਜੇ ਸੰਤੋਖ ਨਹੀਂ ਆਵੇਗਾ ਲੋਭ ਆਵੇਗਾ। ਇੱਕ ਚੀਜ਼ ਦਾ ਮੁਕਾਬਲਾ ਚੱਲ ਰਿਹਾ, ਜਿੱਥੇ ਸੰਤੋਖ ਨਹੀਂ ਹੋਵੇਗਾ ਉੱਥੇ ਲੋਭ ਹੋਵੇਗਾ, ਜਿੱਥੇ ਸੰਤੋਖ ਆਵੇਗਾ ਉੱਥੇ ਲੋਭ ਰਹਿ ਨਹੀਂ ਸਕਦਾ। ਅਤੇ ਗੁਰੂ ਆਖਦੇ ਨੇ ਸਤਯੁਗ ਬਣਨਾ ਹੀ ਤਾਂ ਹੈ ਜੇ ਸੰਤੋਖ ਆਵੇ। ਸਤਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥ ਵਾ। ਮੈਂ ਹੈਰਾਨ ਹੁੰਦਾ, ਗੁਰਬਾਣੀ ਵਿੱਚ ਇੱਕ ਥਾਂ ਤੇ ਬੜਾ ਸੁੰਦਰ ਦ੍ਰਿਸ਼ ਰਚਿਆ ਤੇ ਕਹਿੰਦੇ ਨੇ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਅੱਗੇ ਇੱਕ ਲਫ਼ਜ਼ ਹੈ, ਜੇ ਕੋ ਬੁਝੇ, ਆਓ ਬੁਝਣਾ, ਜੇ ਕੋ ਬੁਝੇ ਹੋਵੇ ਸੱਚਿਆਰ, ਧਵਲੇ ਉੱਪਰ ਕੇ ਤਵਾਰ। ਲਓ ਇਹਨੂੰ ਬ੍ਰਾਹਮਣਿਜ਼ਮ ਨੇ ਬਦਲ ਕੇ ਅਰਥ ਦੇ ਅਨਰਥ ਕਰ ਦਿੱਤੇ, ਅਤੇ ਉਹਨੇ ਕਹਾਣੀ ਕੱਢ ਲਈ ਕਿ ਧਰਤੀ ਕਿਸੇ ਧੌਲ ਨੇ, ਬਲਦ ਨੇ ਆਪਣੇ ਸਿੰਘਾਂ 'ਤੇ ਉਠਾਈ ਹੋਈ ਹੈ। ਇਹ ਪ੍ਰਚਲਿਤ ਕਹਾਣੀ। ਧੌਲ ਦਾ ਅਰਥ ਉਹਨੇ ਕੀਤਾ ਕਿ ਇੱਕ ਬਲਦ ਹੈ, ਉਹਨੇ ਸਿੰਘਾਂ 'ਤੇ ਧਰਤੀ ਉਠਾਈ ਹੋਈ ਹੈ। ਜਦੋਂ ਕਦੇ ਉਹ ਆਪਣਾ ਥੱਕ ਜਾਂਦਾ ਅਤੇ ਸਿੰਘ ਬਦਲਦਾ, ਉਦੋਂ ਅਰਥ ਕੋਈ ਕਹਾਉਂਦੇ ਨੇ ਧਰਤੀ ਹਿੱਲ ਜਾਂਦੀ ਹੈ। ਪਰ ਹੁਣ ਦੇਖਣਾ ਗੁਰੂ ਦੀ ਲੋੜ ਕਿਉਂ ਹੈ। ਗੁਰੂ ਕਹਿੰਦਾ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ, ਬਲਕਿ ਗੁਰੂ ਆਪਣੀ ਰਚਨਾ ਤੋਂ ਇੱਕ ਲਫ਼ਜ਼ ਅੰਦਰ ਫੈਸਲਾ ਦੇ ਰਿਹਾ, ਕਹਿੰਦਾ ਨਹੀਂ, ਧੌਲ ਧਰਮ ਕੋਈ ਬਲਦ ਨਹੀਂ ਜੇ, ਕੋਈ ਬਲਦ ਨਹੀਂ ਜੇ। ਉਹ ਧੌਲ ਜਿਹੜਾ ਬਲਦ ਕਹਿੰਦੇ ਨੇ ਨਾ, ਉਹ ਤਾਂ ਧਰਮ ਹੀ ਹੈ, ਧਰਮ ਨੇ ਹੀ ਧਰਤੀ ਉਠਾ ਕੇ ਰੱਖੀ ਹੋਈ ਹੈ, ਧਰਮ ਦੇ ਸਹਾਰੇ ਹੀ ਧਰਤੀ ਖੜੀ ਹੈ। ਜਦੋਂ ਮਨੁੱਖ ਧਰਮ ਤੋਂ ਡਾਵਾਂਡੋਲ ਹੁੰਦਾ, ਉਦੋਂ ਹੀ ਸੰਸਾਰ ਦਾ ਸੰਸਾਰ ਅੰਦਰ ਪਰੇਸ਼ਾਨੀਆਂ ਆਉਂਦੀਆਂ ਨੇ, ਜਿਹਨੂੰ ਆਪਾਂ ਕਹਿੰਦੇ ਹੇਠਲੀ ਉੱਤੇ ਆ ਗਈ। ਇਸ ਲਈ ਆਪਣੀ ਰਚਨਾ ਤੋਂ ਬਾਣੀ ਵਿੱਚ ਕਹਿ ਦਿੱਤਾ ਇੱਕ ਲਫ਼ਜ਼ ਅੰਦਰ, ਧੌਲ ਧਰਮ ਦਇਆ ਕਾ ਪੂਤ, ਦਇਆ ਵਿੱਚੋਂ ਪੈਦਾ ਹੋਇਆ। ਤੇ ਉਹ ਧੌਲ, ਉਹ ਬਲਦ ਕੀ ਹੈ? ਉਹ ਹੈ ਧਰਮ। ਬਲਕਿ ਹਜ਼ੂਰ ਨੇ
ਬਾਣੀ ਅੰਦਰ ਬਲਦ ਲਫਜ਼ ਨੂੰ ਬੜੀ ਚੰਗੀ ਤਰ੍ਹਾਂ ਸਪਸ਼ਟ ਕੀਤਾ। ਇੱਕ ਥਾਂ 'ਤੇ ਲਫਜ਼ ਨੇ ਭਹੋ ਭੋਏ ਧਰਤੀ, ਰੱਬ ਦਾ ਡਰ ਜਿਹੜਾ ਭੈ ਹੈ ਉਹ ਧਰਤੀ ਹੈ। ਭਹੋ ਭੋਏ ਪਵਿੱਤਰ ਪਾਣੀ, ਅੱਗੇ ਕੀ ਹੈ ਸੱਤ ਸੰਤੋਖ ਬਲੇਦ, ਪੜ ਲਓ। ਉੱਥੇ ਵੀ ਕਹਿ ਦਿੱਤਾ ਕਿ ਕੋਈ ਬਲਦ ਵੱਖਰਾ ਨਹੀਂ, ਸੱਤ ਤੇ ਸੰਤੋਖ ਹੀ ਬਲਦ ਨੇ, ਕਿਉਂਕਿ ਜ਼ਿਮੀਂਦਾਰ ਨੂੰ ਹਾਲ ਵਾਹੁਣ ਲਈ ਦੋ ਬਲਦ ਚਾਹੀਦੇ ਨੇ, ਗੱਡੇ ਅੱਗੇ ਵੀ ਦੋ ਬਲਦ, ਹਾਲ ਅੱਗੇ ਵੀ ਦੋ ਬਲਦ। ਇਸ ਲਈ ਸੱਤ ਤੇ ਸੰਤੋਖ ਮਾਨੋ ਦੋ ਬਲਦ ਨੇ, ਭੈ ਦੀ ਭੋਏ ਹੈ ਧਰਤੀ ਹੈ, ਉਹਨੂੰ ਵਾਹੁਣ ਲਈ ਕਿਸਾਨ ਕੋਲ ਦੋ ਬਲਦ ਚਾਹੀਦੇ ਨੇ, ਉਹ ਹਨ ਸੱਤ ਅਤੇ ਸੰਤੋਖ। ਇਹਦਾ ਮਤਲਬ ਸੱਤ ਅਤੇ ਸੰਤੋਖ ਦੋਨੋਂ ਮਾਨੋ ਬਲਦ ਨੇ। ਅਤੇ ਇੱਥੇ ਲਫਜ਼ ਨੇ ਧੌਲ ਧਰਮ ਦਇਆ ਕਪੂਤ, ਅਤੇ ਕਹਾਵਤ ਬਣਾਉਣ ਵਾਲੇ ਨੇ ਕਹਿ ਦਿੱਤਾ ਧਰਤੀ ਬਲਦ ਨੇ ਸਿਰਾਂ 'ਤੇ ਚੁੱਕੀ ਹੋਈ ਹੈ, ਸਿੰਘਾਂ 'ਤੇ ਚੁੱਕੀ ਹੋਈ। ਨਹੀਂ, ਗੁਰੂ ਕਹਿੰਦੇ ਨਹੀਂ, ਧਰਮ ਨੇ ਧਰਤੀ ਨੂੰ ਉਠਾਇਆ ਹੋਇਆ ਹੈ, ਅਤੇ ਧਰਮ ਜਿਹੜਾ ਹੈ ਉਹ ਪੈਦਾ ਕਿੱਥੋਂ ਹੋਇਆ ਹੈ? ਉਹ ਹੋਇਆ ਸੰਤੋਖ ਵਿੱਚੋਂ, ਅਤੇ ਸੰਤੋਖ ਦਾ ਰੁੱਖ ਜਿਹੜਾ ਹੈ ਉਹ ਗੁਰੂ ਹੈ। ਇਸ ਲਈ ਮੁਕਾਬਲਤਨ ਬਹੁਤ ਜ਼ਰੂਰੀ ਹੈ ਕਿ ਸ਼ਕਤੀ ਬਰਾਬਰਤਾ ਦੀ ਹੋਵੇ। ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਬਾਬਾ ਕਬੀਰ ਜੀ ਆਪਣੀ ਰਚਨਾ ਤੋਂ ਕਹਿੰਦੇ ਨੇ, ਮੈਂ ਮੁਕਾਬਲਾ ਕਰਨ ਸੀ, ਮੇਰੇ ਸਾਹਮਣੇ ਪਰੇਸ਼ਾਨੀ ਸੀ, ਇੱਕ ਪਾਸੇ ਸੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇੱਕ ਪਾਸੇ ਸੀ ਧਰਮ ਦੇ ਪੰਜ ਲਫਜ਼। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ, ਇਨ ਬਿਦ ਨਗਰ ਉਠਾ ਮੇਰੇ ਭਾਈ। ਕਹਿਣ ਲੱਗੇ ਮੇਰੀ ਨਗਰੀ ਦੀ ਖੁਸ਼ਹਾਲੀ ਆਬਾਦੀ ਦਾ ਰਾਜ਼ ਮੈਂ ਸਮਝਾਉਣਾ ਚਾਹੁੰਦਾ। ਜੀਵਨ ਇੱਕ ਨਗਰੀ ਹੈ, ਪਰ ਇੱਕ ਖਿਆਲ ਕਰਿਓ, ਗੁਰਬਾਣੀ ਸਪਸ਼ਟ ਕਰ ਰਹੀ ਕਹਿੰਦੀ ਹੈ ਕਾਮ ਕ੍ਰੋਧ ਨਗਰ ਮੈਂ ਸਬਲਾ, ਸਵਾਣ ਲੋਭ ਨਗਰ ਮੈਂ ਸਬਲਾ। ਸਬਲਾ ਦਾ ਮਤਲਬ ਹੁੰਦਾ ਹੈ ਬਲ ਵਾਲਾ, ਨਿਰਬਲ ਬਿਨਾਂ ਬਲ ਤੋਂ ਕਮਜ਼ੋਰ, ਅਤੇ ਸਬਲਾ ਦਾ ਮਤਲਬ ਸਾਹਿਤ ਬਲ ਸ਼ਕਤੀਵਾਨ, ਕਿਉਂਕਿ ਸ਼ਬਦਾਵਲੀ ਗੁਰਬਾਣੀ ਦੀ ਸਮਝਣੀ ਬਹੁਤ ਜ਼ਰੂਰੀ ਹੈ। ਨਿਰਬਲ ਅਤੇ ਸਬਲ ਦੋ ਲਫਜ਼ ਇੱਕ ਮੁਕਾਬਲਤਨ ਨੇ। ਕਹਿਣ ਲੱਗੇ ਸਵਾਨ ਲੋਭ ਨਗਰ ਮੈਂ ਸਬਲਾ, ਉਹ ਬੜਾ ਬਲਵਾਨ ਹੋ ਕੇ ਇਸ ਜੀਵਨ ਦੀ ਨਗਰੀ ਵਿੱਚ ਕਾਮਯਾਬ ਸਫਲ ਕਾਇਮ ਬੈਠਾ ਹੈ, ਪਰ ਇਹਨੂੰ ਕੱਢਣ ਵਾਲਾ ਕੌਣ? ਕਿਸੇ ਕੋਲ ਮੁਕਾਬਲਤਨ ਉਹ ਜੇ ਹਥਿਆਰ ਹੋਣ ਤਾਂ ਹੀ ਕੱਢੇ ਨਾ।
ਬਾਬਾ ਕਬੀਰ ਜੀ ਦਾ ਇੱਕ ਹੋਰ ਸ਼ਬਦ ਹੈ ਜਦੋਂ ਮੁਕਾਬਲਤ ਨਾਮੋ ਸਾਹਮਣੇ ਦੇਖ ਲਾ। ਬਾਬਾ ਕਬੀਰ ਕਹਿੰਦੇ ਨੇ, ਕ੍ਰਿਸ਼ਨਾ ਤੀਰ ਲਹਿ ਘਟ ਭੀਤਰ, ਕ੍ਰਿਸ਼ਨਾ ਤੀਰ ਲਹਿ ਘਟ ਭੀਤਰ, ਕਿਉਂ ਕਰ ਲਿਓ ਨਾ ਜਾਈ। ਕ੍ਰਿਸ਼ਨ ਕੀ ਹੈ? ਲੋਭ ਦਾ ਹੀ ਇੱਕ ਪਾਵਰਫੁਲ ਸ਼ਕਤੀਸ਼ਾਲੀ ਰੂਪ। ਲੋਭ ਸਲੋ ਚੱਲਦਾ, ਤ੍ਰਿਸ਼ਨਾ ਫਾਸਟ ਚੱਲਦੀ ਹੈ। ਸਤਿਗੁਰ ਨੇ ਕਿਉਂ ਕਹਿ ਦਿੱਤਾ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ? ਕੋਟ ਜੋਰੇ ਲੱਖ ਕਰੋਰੇ ਮਨ ਹੋਰੇ ਪਰੇ ਪਰੇ ਹੀ ਕੋ ਲੂਝੀ, ਉਹ ਬੜੀ ਸ਼ਕਤੀਸ਼ਾਲੀ ਹੈ। ਤੇ ਲੋਭ ਕੋਲ ਤੀਰ ਨੇ ਤ੍ਰਿਸ਼ਨਾ ਦੇ, ਹੁਣ ਮੁਕਾਬਲਾ ਚੱਲ ਰਿਹਾ। ਕ੍ਰਿਸ਼ਨਾ ਤੀਰ ਰਹੇ ਘਟ ਭੀਤਰ, ਇਉਂ ਗੜ ਲਈਓ ਨਾ ਜਾਈ। ਬਸ ਇਸ ਕਾਰਨ ਮੈਂ ਜੀਵਨ ਦੀ ਨਗਰੀ 'ਤੇ ਆਪਣਾ ਕਬਜ਼ਾ ਨਹੀਂ ਕਰ ਸਕਿਆ। ਮੇਰੀ ਜੀਵਨ ਦੀ ਨਗਰੀ ਜਿਹੜੀ ਹੈ ਉਹ ਇੱਕ ਗੁਲਾਮ ਹੋ ਕੇ ਰਹਿ ਗਈ। ਰਾਤ ਵੀ ਲਫ਼ਜ਼ ਹਨ ਕਿ ਲੋਭ ਜਿਹੜਾ ਉਹ ਗੁਲਾਮ ਕਰਦਾ ਹੈ। ਜੀਵਨ ਦੀ ਨਗਰੀ ਗੁਲਾਮ ਹੋ ਕੇ ਰਹਿ ਗਈ, ਮੇਰਾ ਕਬਜ਼ਾ ਹੀ ਕੋਈ ਨਹੀਂ, ਮੇਰਾ ਆਧਾਰ ਹੀ ਕੋਈ ਨਹੀਂ, ਮੇਰੀ ਚੱਲਦੀ ਕੋਈ ਨਹੀਂ। ਤ੍ਰਿਸ਼ਨਾ ਤੀਰ ਰਹੇ ਘਟ ਭੀਤਰ, ਇਉਂ ਗੜ ਲਈਓ ਨਾ ਜਾਈ। ਹੁਣ ਇਹਦਾ ਜਵਾਬ ਦਿੱਤਾ ਨੇ ਅਗਲੇ ਪਾਸੇ, ਕਹਿਣ ਲੱਗੇ, ਮੈਂ ਮੁਕਾਬਲਤਨ ਇਸ ਤ੍ਰਿਸ਼ਨਾ ਦੇ ਤੀਰਾਂ ਦਾ ਮੁਕਾਬਲਾ ਕਰਨ ਵਾਸਤੇ ਇੱਕ ਮੁਕਾਬਲਤਨ ਸ਼ਕਤੀ ਪੈਦਾ, ਹਥਿਆਰ ਪੈਦਾ ਕੀਤੇ। ਉਹ ਕੀ ਸੀ? ਅਗਲੇ ਪਾਸੇ ਲਫ਼ਜ਼ ਨੇ, ਸੱਤ ਸੰਤੋਖ ਲੈ ਲੜਨੇ ਲੱਗਾ। ਹੁਣ ਦੇਖੋ, ਸੰਤੋਖ ਦਾ ਲਫ਼ਜ਼ ਲੋਭ ਦੇ ਮੁਕਾਬਲਤਨ ਕਿਵੇਂ ਖੜਾ ਕੀਤਾ ਜਾ ਰਿਹਾ, ਸਪਸ਼ਟ ਕੀਤਾ ਜਾ ਰਿਹਾ। ਮੈਂ ਲੋਭ ਦਾ ਮੁਕਾਬਲਾ ਕਰਨ ਲਈ, ਜਿਸ ਲੋਭ ਨੇ ਤ੍ਰਿਸ਼ਨਾ ਦੇ ਤੀਰ ਰੱਖੇ ਹੋਏ ਸਨ ਅਤੇ ਮੇਰੇ ਜੀਵਨ 'ਤੇ ਕਬਜ਼ਾ ਕਰ ਬੈਠਾ ਸੀ, ਮੇਰਾ ਜੀਵਨ ਇੱਕ ਗੁਲਾਮ ਹੋ ਚੁੱਕਾ ਸੀ, ਹੁਣ ਉਹਦੇ ਮੁਕਾਬਲਤਨ ਲੜਨ ਵਾਸਤੇ ਮੈਨੂੰ ਸ਼ਕਤੀ ਦੀ ਲੋੜ ਸੀ। ਉਹ ਸ਼ਕਤੀ ਕਿਹੜੀ ਸੀ? ਸੱਤ ਸੰਤੋਖ ਲੈ ਲੜਨੇ ਲੱਗਾ। ਤੋਰੇ ਦੋ ਦਰਵਾਜ਼ਾ, ਮੇਰੇ ਕੋਲ ਆ ਗਿਆ ਸੱਤ ਅਤੇ ਸੰਤੋਖ। ਹੁਣ ਸੋਚਿਓ, ਗੁਰੂ ਦੀ ਲੋੜ ਕਿਉਂ ਹੈ? ਮੈਂ ਉੱਥੇ ਪੁੱਜਣਾ ਚਾਹੁੰਦਾ ਹਾਂ, ਗੁਰੂ ਦੀ ਲੋੜ ਕਿਉਂ ਹੈ? ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਖਰੀ ਮੁਦਾਵਣੀ ਦੇ ਇੱਕ ਲਫ਼ਜ਼ ਪੜ੍ਹਨੇ ਹਾਂ ਨਾ, ਪੜ੍ਹਨੇ ਹਾਂ। ਸਾਨੂੰ ਗੁਰੂ ਉਹ ਸ਼ਕਤੀ ਦਿੰਦਾ ਹੈ ਜਿਹੜੀ ਉਹਦੇ ਕੋਲ ਹੈ, ਜਿੰਦਾ ਖਜ਼ਾਨਾ ਹੀ ਗੁਰੂ ਕੋਲ ਹੈ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਤੇ ਉਹ ਗੁਰੂ ਰਹਿਮਤ ਕਰਕੇ ਸਿੱਖ ਨੂੰ ਦਿੰਦਾ ਕੀ ਹੈ? ਕਹਿੰਦਾ, ਥਾਲ ਵਿੱਚ ਤਿੰਨ ਵਸਤੂ ਪਈਆਂ। ਲੈ, ਇਹ ਸਾਰਾ ਖਜ਼ਾਨਾ ਤੈਨੂੰ ਦੇ ਰਿਹਾ।
ਥਾਲ ਵਿੱਚ ਤਿੰਨ ਵਸਤੂ ਪਈਓ ਕੀ ਸਤ ਸੰਤੋਖ ਵਿਚਾਰੋ ਜਿੰਨੇ ਗੁਲਾਮੀ ਦੇ ਬੰਧਨ ਤੋੜਨੇ ਨੇ ਉਹਨੂੰ ਗੁਰੂ ਦਾ ਸਹਾਰਾ ਲੈਣਾ ਹੀ ਪੈਣਾ ਹੈ ਕਿਉਂਕਿ ਗੁਰ ਸੰਤੋਖ ਰੁੱਖ ਹੈ। ਲੋਭ ਜਿਹੜਾ ਹੈ ਉਹ ਮਨੁੱਖ ਨੂੰ ਗੁਲਾਮ ਕਰਦਾ ਹੈ, ਰਾਤ ਦੇ ਲਫ਼ਜ਼ ਦੇ ਮੁਤਾਬਕ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਸੀ ਭੁੱਲਿਓ ਮਨ ਮਾਇਆ ਔਰ ਜਾਇਓ। ਅਗਲੇ ਪਾਸੇ ਲਫ਼ਜ਼ ਕੀ ਸਨ, ਜੋ ਜੋ ਕਰਮ ਕੀ ਉਹ ਲਾਲਚ ਲੱਗ, ਜਿਹੜੇ ਵੀ ਲੋਭ ਦੇ ਵਸ ਕੰਮ ਕੀਤੇ ਗਏ ਉਹਦੇ ਨਾਲ ਮੈਂ ਗੁਲਾਮ ਹੋਇਆ। ਤੈ ਤੈ ਆਪ ਬੰਧਾਇਓ, ਹੁਣ ਉਸ ਬੰਧਨ ਨੂੰ ਮੁਕਤ ਕਰਨਾ ਹੈ, ਉਸ ਬੰਧਨ ਤੋਂ ਛੁਟਕਾਰਾ ਪਾਉਣਾ ਹੈ। ਬਾਬਾ ਕਬੀਰ ਜੀ ਦੇ ਇੱਕ ਵਾਰ ਲਫ਼ਜ਼ ਆਏ ਸਨ ਤੇ ਸਤਿਗੁਰੂ ਨੇ ਬਾਣੀ ਵਿੱਚ ਅੰਕਿਤ ਕੀਤੇ ਸਨ, ਜਿਹਦੇ ਵਿੱਚ ਲਫ਼ਜ਼ ਸਨ ਕਿ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਬਾਏ। ਇਹ ਗੁਲਾਮੀ ਦੇ ਬੰਧਨ ਆਜ਼ਾਦੀ ਵਿੱਚ ਕਿਵੇਂ ਬਦਲਣ? ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਬਹਾਏ, ਮਨ ਤੋਂ ਮੈਗਲ ਹੋਏ ਗਏ ਹੋ, ਹੋਏ ਰਹੇ ਹੋ, ਇਹ ਹਾਥੀ ਜਿੰਨਾ ਲੋਭ ਵਸ ਹੰਕਾਰ ਵਸ ਹਾਥੀ ਜਿੰਨਾ ਵੱਡਾ ਹੋ ਗਿਆ ਹੈ, ਹੁਣ ਉੱਥੋਂ ਪਾਰ ਕਿਵੇਂ ਹੋਵੇ? ਮਨ ਤੋਂ ਹੋ ਗਏ ਮੈਗਲ ਹੋਏ ਰਹੇ ਹੋ, ਨਕਸ਼ਿਓ ਕਿਉਂ ਕਰ ਜਾਏ? ਅਤੇ ਅਗਲੇ ਪਾਸੇ ਜਵਾਬ ਸੀ, ਸਤਿਗੁਰ ਪੂਰਾ ਜੇ ਮਿਲੇ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ। ਇਹ ਨਹੀਂ ਹਾਥੀ ਛੋਟਾ ਕਰ ਦਈਏ, ਦੁਆਰਾ ਹੀ ਵੱਡਾ ਕਰ ਦਈਏ। ਉਹ ਦੁਆਰਾ ਵੱਡਾ ਕਿਵੇਂ ਹੁੰਦਾ? ਸਤ ਸੰਤੋਖ ਲੈ ਲੜਨੇ ਲੱਗਾ ਤੋਰੇ ਦੋਏ ਦਰਵਾਜ਼ਾ। ਜਿਹੜੇ ਦਰਵਾਜ਼ੇ ਦੋ ਭੀੜੇ ਕੀਤੇ ਹੋਏ ਸਨ ਨਾ, ਉਹ ਸਾਰੇ ਤੋੜ ਦਿੱਤੇ, ਉਹ ਦਰਵਾਜ਼ੇ ਟੁੱਟ ਗਏ। ਸਤ ਸੰਤੋਖ ਲੈ ਲੜਨੇ ਲੱਗਾ ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਹੁਣ ਸੋਚਣਾ, ਫੈਸਲਾ ਕਰ ਦਿੱਤਾ ਗੁਰੂ ਨੇ, ਕਹਿਣ ਲੱਗੇ ਇੱਕੋ ਚੀਜ਼ ਹੈ, ਜੇ ਲੋਭ ਦੀ ਗੁਲਾਮੀ ਤੋਂ ਬਚਣਾ, ਕਿਉਂਕਿ ਲੋਭ ਗੁਲਾਮ ਕਰ ਰਹੇ, ਉਹ ਵਿਗਾਰੀ ਬਣਾ ਰਹੇ। ਰਾਤ ਦੇ ਲਫ਼ਜ਼ ਸਨ, ਵਿਗਾਰ ਫਿਰੇ ਵਿਗਾਰੀ ਗਿਆ, ਸਿਰ ਭਾਰ ਉਠਾਇਆ। ਸਾਰੀ ਜ਼ਿੰਦਗੀ ਮਨੁੱਖ ਭਾਰ ਉਠਾਇਆ ਕਿ ਤੁਰਿਆ ਫਿਰਦਾ ਕੁਲੀ ਵਾਂਗੂ, ਪਰ ਉਸ ਉਹਦੇ ਸਿਰ 'ਤੇ ਕੀ ਹੈ ਇਹ ਉਹਨੂੰ ਪਤਾ ਹੀ ਨਹੀਂ ਹੁੰਦਾ। ਕਹਿਣ ਲੱਗੇ ਜੇ ਇਸ ਗੁਲਾਮੀ ਤੋਂ ਬਚਣਾ ਤਾਂ ਫਿਰ ਇੱਕੋ ਹੀ ਤਰੀਕਾ ਹੈ, ਉਹਦੇ ਮੁਕਾਬਲਤਨ ਕੋਈ ਸ਼ਕਤੀ ਪੈਦਾ ਕਰ, ਉਹ ਸ਼ਕਤੀ ਹੈ ਸੰਤੋਖ, ਜਿਹੜੀ ਗੁਰੂ ਕੋਲ ਹੈ, ਜਿਹੜਾ ਆਖ ਰਿਹਾ ਤੈਨੂੰ ਆਵਾਜ਼ ਦੇ ਰਿਹਾ ਹੈ, ਤੇ ਆਵਾਜ਼ ਦੇ ਕੇ ਤੇਰੀ ਝੋਲੀ ਪਾਉਣਾ ਚਾਹੁੰਦਾ ਹੈ। ਤੇ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਬਲਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਦੋਂ ਵੀ ਸਪਸ਼ਟ ਕਰ ਦਿੱਤਾ, ਹੁਣ ਇੱਥੇ ਤਿੰਨ ਲਫ਼ਜ਼ ਨਹੀਂ ਤ੍ਰੈ ਲਫ਼ਜ਼ ਹੈ, ਕਿਉਂਕਿ ਦੋਨੋਂ ਲਫ਼ਜ਼ਾਂ ਦੇ ਅਰਥ ਇੱਕੋ ਨੇ।
ਤਿੰਨ ਵੀ ਆਖਦੇ ਨੇ, ਆਪਾਂ ਤ੍ਰੈ ਵੀ ਆਖਦੇ ਹਾਂ। ਉੱਥੇ ਲਫ਼ਜ਼ ਨੇ ਥਾਲੇ ਵਿੱਚ ਤ੍ਰੈ ਵਸਤੂ ਪਈ ਹੋ, ਇੱਥੇ ਹੈ ਥਾਲੇ ਵਿੱਚ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ। ਉੱਥੇ ਲਫ਼ਜ਼ ਨੇ ਥਾਲੇ ਵਿੱਚ ਤ੍ਰੈ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ। ਫਰਕ ਇੰਨਾ ਹੀ ਹੈ। ਫਿਰ ਕਹਿਣ ਲੱਗੇ ਇਹ ਭੋਜਨ ਅਲੱਭ ਹੈ ਸੰਤੋ। ਅੱਗੇ ਜਾ ਕੇ ਲਫ਼ਜ਼ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਤ ਸੰਤੋਖ ਵਿਚਾਰ। ਅਗਲੇ ਪਾਸੇ ਲਫ਼ਜ਼ ਜਿਤ ਖਾਧੇ ਮਨ ਤ੍ਰਿਪਤੀਏ ਪਾਈਏ ਮੋਖ ਦੁਆਰ। ਫਿਰ ਕਹਿਣ ਲੱਗੇ ਮਿਲਦਾ ਕਿੱਥੋਂ ਹੈ ਇਹ ਭੋਜਨ ਅਲੱਭ ਹੈ ਸੰਤੋ। ਜੇ ਕਿਸੇ ਨੇ ਲੋਭ ਦੀ ਗੁਲਾਮੀ ਤੋਂ ਬਚਣਾ ਹੈ ਤੇ ਇਹ ਭੋਜਨ, ਇਹ ਸ਼ਕਤੀ ਕਿਤੋਂ ਹੋਰ ਨਹੀਂ ਮਿਲਣੀ, ਇਹ ਕੇਵਲ ਗੁਰੂ ਕੋਲ ਮਿਲਣੀ। ਇਸੇ ਲਈ ਆਖਿਆ ਹੈ ਕਿ ਹੇ ਮਾਲਕ ਜੇ ਰਹਿਮਤ ਕਰੇ ਤੇ ਮੈਨੂੰ ਗੁਰੂ ਮਿਲਾ ਦੇ। ਲਫ਼ਜ਼ ਨੇ ਕਹਿੰਦੇ ਸਤ ਸੰਤੋਖ ਵਿੱਚ ਇਹ ਭੋਜਨ ਅਲੱਭ ਹੈ ਸੰਤੋ, ਲੱਭ ਹੈ ਗੁਰ ਵਿਚਾਰ। ਆ ਗੁਰੂ ਨਾਲ ਜੁੜ, ਇਹ ਮੰਗ ਕਰ ਕਿ ਮਾਲਕ ਮੈਂ ਲੋਭ ਵਸ ਜੀਵਨ ਅੰਦਰ ਸਾਰੀ ਜ਼ਿੰਦਗੀ ਵਿਗਾਰ ਹੀ ਕਰਦਾ ਰਿਹਾ, ਕੁਛ ਨਹੀਂ ਆਪਣਾ, ਕੋਈ ਵਿਗਾਰੀ ਦਾ ਆਪਣਾ ਕੁਝ ਵੀ ਨਹੀਂ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜਿਉ ਵਿਗਾਰੀ ਕੇ ਸਿਰ ਦੀਜੈ ਦਾਮ। ਦਾਮ ਕਹਿੰਦੇ ਨੇ ਰੁਪਏ, ਦਮੜੇ। ਜੇ ਕੋਈ ਪਾਂਡੀ ਵਿਗਾਰੀ ਕੁੱਲੀ ਦਮੜਿਆਂ ਦੀ, ਰੁਪਿਆਂ ਪੈਸਿਆਂ ਦੀ ਬੜੀ ਵੱਡੀ ਪੰਡ ਬਣ ਕੇ ਸਿਰ ਤੇ ਚੁੱਕ ਲੈ, ਮਤ ਸਮਝ ਲਓ ਆਉਂਦੀ ਹੈ, ਉਹ ਤਾਂ ਵਿਗਾਰੀ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜਿਉ ਵਿਗਾਰੀ ਕੈ ਸਿਰ ਦੀਜੈ ਦਾਮ। ਉਹ ਖਸਮੇ ਕੇ ਗ੍ਰਹਿ ਉਹਨੂੰ ਦੂਪ ਸਹਾਓ। ਉਹ ਜਿਹੜੀ ਪੰਡ ਹੈ ਉਹ ਤਾਂ ਖਸਮੇ ਦੇ ਮਾਲਕ ਜਿਹਨੇ ਚੁਕਾਈ ਉਹਦੇ ਘਰ ਜਾ ਕੇ ਰੱਖ ਦੇਣੀ, ਉਹ ਤਾਂ ਵਿਚਾਰਾ ਸਾਰੇ ਸਫ਼ਰ ਵਿੱਚ ਸਿਰ 'ਤੇ ਭਾਰ ਹੀ ਚੁੱਕੀ ਤੁਰਿਆ ਗਿਆ। ਕਹਿਣ ਲੱਗੇ ਜੀਵਨ ਵੀ ਇਹੋ ਜਿਹਾ ਹੈ, ਲੋਭ ਵਸ ਵਿਗਾਰੀ ਬਣ ਗਿਆ ਹੈ ਅਤੇ ਸਾਰੀ ਜ਼ਿੰਦਗੀ ਵਿਗਾਰ ਹੀ ਢੋਂਦਾ ਰਿਹਾ ਹੈ। ਅਤੇ ਜੇ ਇਸ ਵਿਗਾਰ ਤੋਂ ਬਚਣਾ ਚਾਹੁੰਦਾ ਹੈ ਤਾਂ ਲੋਭ ਦੇ ਮੁਕਾਬਲਤਨ ਕੋਈ ਸ਼ਕਤੀ ਚਾਹੀਦੀ ਹੈ, ਉਹ ਹੈ ਸੰਤੋਖ। ਅਤੇ ਉਹ ਸੰਤੋਖ ਹੈ ਗੁਰੂ ਕੋਲ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਗੁਰੂ ਤੈਨੂੰ ਆਵਾਜ਼ਾਂ ਦੇ ਰਿਹਾ, ਕਹਿੰਦਾ ਥਾਲੇ ਵਿੱਚ ਤ੍ਰੈ ਵਸਤੂ ਪਈ ਹੋ, ਸਤ ਸੰਤੋਖ ਵਿਚਾਰ। ਆ ਮੇਰੇ ਦਰਬਾਰ ਵਿੱਚ ਦਰਵਾਜ਼ੇ ਖੁੱਲ੍ਹੇ ਨੇ। ਪ੍ਰਕਾਸ਼ ਕਦੀ ਤੂੰ ਗੁਰੂ ਕੋਲ ਪੁੱਜ ਕੇ ਉਹਦੇ ਸਤ ਸੰਤੋਖ ਵਿਚਾਰ ਦੇ ਨਾਲ ਆਪਣੇ ਜੀਵਨ ਨੂੰ ਉਸ ਗੁਲਾਮੀ ਤੋਂ ਬਾਹਰ ਕੱਢ ਸਕੇ। ਇਹ ਫੈਸਲਾ ਅੱਜ ਬਾਬਾ ਨਾਮਦੇਵ ਕਰ ਰਿਹਾ ਹੈ। ਕਹਿੰਦਾ ਮਾਲਕ ਮੈਂ ਬੜਾ ਦੁਖੀ ਹਾਂ, ਲੋਭ ਲਹਿਰ ਅਤਨੀ ਜੁਰਬਾਜੇ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦ ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹਮ ਖੇਵ ਨਾ ਸਕੋ।
ਤੇਰਾ ਪਾਰ ਨਾ ਪਾਇਆ ਬੀਠਲਾ। ਇਸ ਲਈ ਮੈਨੂੰ ਪਤਾ ਲੱਗਾ ਹੈ ਕਿ ਜੇ ਮੈਂ ਇਸ ਗੁਲਾਮੀ ਦੇ ਬੰਧਨ ਤੋਂ ਬਾਹਰ ਨਿਕਲਣਾ ਹੈ, ਜੇ ਵਿਗਾਰੀ ਜੀਵਨ ਤੋਂ ਬਾਹਰ ਨਿਕਲਣਾ ਹੈ, ਤਾਂ ਮੇਰੇ ਲਈ ਗੁਰੂ ਦੇ ਚਰਨਾਂ ਵਿੱਚ ਪੁੱਜਣਾ ਜ਼ਰੂਰੀ ਹੈ। ਇਸ ਲਈ ਮੇਰੀ ਅਰਦਾਸ ਸੁਣ, ਹੇ ਮੇਰੇ ਮਾਲਕ, ਮੈਨੂੰ ਗੁਰੂ ਮਿਲਾ ਦੇ ਤਾਂ ਕਿ ਮੈਂ ਇਸ ਵਿਗਾਰੀ ਲਾਈਫ ਤੋਂ, ਵਿਕਾਰੀ ਜ਼ਿੰਦਗੀ ਤੋਂ ਬਾਹਰ ਨਿਕਲ ਸਕਾਂ। ਕਹਿਣ ਲੱਗੀ, ਹੋ ਦਿਆ ਹੋ ਦਿਆ ਸਤਿਗੁਰ ਮੇਲ ਤੂੰ, ਹੋ ਦਿਆ ਸਤਿਗੁਰ ਮੇਲ। ਸੰਤੋਖ ਵਿੱਚ ਹੀ ਇਹ ਗੱਲ ਆਖੀ ਜਾ ਸਕਦੀ ਹੈ, ਜੇ ਸੁੱਖ ਦੇ ਤਾਂ ਤੁਝੇ ਹਰਾ ਦੇ, ਦੁੱਖ ਵੀ ਤੁਝੇ ਦਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਬਿਨਾਂ ਸੰਤੋਖ ਨਹੀਂ ਕਉ ਰਾਜੇ। ਆਪਾਂ ਰੋਜ਼ ਪੜ੍ਹਨੇ ਇਹ ਗੱਲ, ਸੰਤੋਖ ਵਿੱਚੋਂ ਮਿਲਦੀ ਹੈ ਜਿਹੜੀ ਲੋਭ ਦਾ ਮੁਕਾਬਲਾ ਕਰ ਸਕਦੀ ਹੈ। ਜਦੋਂ ਮਨੁੱਖ ਕੋਲ ਸੰਤੋਖ ਆ ਜਾਏਗਾ, ਫਿਰ ਲੋਭ ਉਸਨੂੰ ਗੁਲਾਮ ਨਹੀਂ ਕਰ ਸਕੇਗਾ, ਨਹੀਂ ਤਾਂ ਜੀਵਨ ਭਰ ਗੁਲਾਮੀ ਕਰਦਾ ਹੈ, ਆਪਣਿਆਂ ਦੀ ਵੀ ਬੇਗਾਨਿਆਂ ਦੀ ਵੀ, ਹਰ ਕਦਮ 'ਤੇ ਗੁਲਾਮ ਗੁਲਾਮ ਹੀ ਹੁੰਦਾ ਹੈ। ਜਿੱਥੇ ਮਨੁੱਖ ਦੀ ਆਪਣੀ ਕੋਈ ਸੋਚ ਨਾ ਰਹੇ,
ਵਿਚਾਰ ਨਾ ਰਹੇ, ਕਿਸੇ ਦੀ ਮਰਜ਼ੀ 'ਤੇ ਨਿਰਭਰ ਹੋ ਜਾਏ, ਉਹਦਾ ਮਤਲਬ ਗੁਲਾਮ ਹੈ। ਅਤੇ ਉਹਦੀ ਗੁਲਾਮੀ ਤੋਂ ਛੁਟਕਾਰਾ ਹੈ ਸੰਤੋਖ, ਸੰਤੋਖ ਹੈ ਗੁਰੂ ਕੋਲ। ਨਾਨਕ ਗੁਰ ਸੰਤੋਖ ਰੁੱਖ, ਉਹ ਸੰਤੋਖ ਦਾ ਦ੍ਰਿਸ਼ ਹੈ, ਉਹਨੂੰ ਸੰਤੋਖ ਲੱਗਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਪਣੀ ਰਸਨਾ ਤੋਂ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਕਿ ਕਾਮ ਕ੍ਰੋਧ ਨਗਰ ਮੈਂ ਸਬਲਾ, ਇਸ ਨਗਰ ਵਿੱਚ ਦੇਹੀ ਦੇ ਨਗਰ ਵਿੱਚ ਬੜਾ ਬਲਵਾਨ ਹੈ ਸਵਾਨ ਲੋਭ। ਨਗਰ ਮੈਂ ਸਬਲਾ ਗੁਰ ਖਿਣ ਮੈਂ ਮਾਰ ਕਢਾਵੇ ਗਊ, ਗੁਰਬਾਣੀ ਦੀ ਤੁੱਕ ਹੈ। ਗੁਰੂ ਕੋਲ ਆ ਜਾ, ਗੁਰੂ ਖਿਣ ਵਿੱਚ ਇੱਕ ਪਲ ਆਏਗਾ, ਲੋਭ ਨੂੰ ਬਾਹਰ ਕੱਢ ਕੇ ਸੁੱਟ ਦੇਵੇਗਾ। ਸਵਾਨ ਲੋਭ ਨਗਰ ਮੈਂ ਸਬਲਾ ਗੁਰ ਖਿਣ ਮੈਂ ਮਾਰ ਕਢਾਵੇਗਾ, ਉਹ ਅਤੇ ਫਿਰ ਕਰੇਗਾ ਕੀ ਧਰਮ। ਅਤੇ ਆਣ ਕਹਿਣ ਲੱਗੇ ਸੰਤੋਖ ਧਰਮ ਆਣ ਕੇ ਰੱਖੇ, ਉਸ ਨਗਰੀ ਵਿੱਚ ਆ ਕੇ ਵਿੱਚੋਂ ਕੱਢ ਕੇ ਉਸ ਲੋਭ ਨੂੰ, ਉਹਦੀ ਥਾਂ 'ਤੇ ਧਰਮ ਨੂੰ ਸੰਤੋਖ ਨੂੰ ਬਿਠਾ ਦੇਵੇਗਾ। ਇਉਂ ਇਹ ਨਗਰੀ ਆਬਾਦ ਹੋ ਜਾਏਗੀ, ਆਜ਼ਾਦ ਹੋ ਜਾਏਗੀ, ਆਜ਼ਾਦੀ ਦਾ ਜੀਵਨ ਹੋਏਗਾ। ਫਿਰ ਮਾਇਆ ਦਾ ਹਰਬਾ ਇੱਥੇ ਨਹੀਂ ਚੱਲੇਗਾ। ਸੋ ਇਸ ਤਰ੍ਹਾਂ ਦਾ ਗੁਰੂ ਆਪਣੀ ਰਸਨਾ ਤੋਂ ਬਾਣੀ ਅੰਦਰ ਸਪਸ਼ਟ ਪੈਗਾਮ ਮੈਸੇਜ ਦਿੰਦੇ ਨੇ, ਜਿਹੜਾ ਕਹਿੰਦੇ ਨੇ। ਇਸੇ ਲਈ ਅਖੀਰ 'ਤੇ ਲਫਜ਼ ਕਹਿ ਦਿੱਤੇ, 1430 ਸਫ਼ਾ ਲਿਖ ਕੇ 29 ਅਖੀਰ 'ਤੇ ਫੈਸਲਾ ਕਰ ਦਿੱਤਾ। ਕਹਿਣ ਲੱਗੇ ਥਾਲੇ ਵਿੱਚ 3 ਵਸਤੂ ਪਈ, ਉਹ ਸਤ ਸੰਤੋਖ ਵਿਚਾਰੋ। ਇੱਥੇ ਸਮਾਪਤੀ ਕਰ ਦਿੱਤੀ। ਕਹਿਣ ਲੱਗੇ ਜਿੰਨੀ ਦੇਰ ਸਤ ਸੰਤੋਖ ਵਿਚਾਰ ਤੇਰੇ ਕੋਲ ਨਹੀਂ ਆਉਂਦਾ, ਓਨੀ ਦੇਰ ਤੂੰ ਗੁਲਾਮੀ ਦਾ ਜੀਵਨ ਜੀ ਰਿਹਾ ਹੈ। ਇਹ ਜ਼ਰੂਰੀ ਨਹੀਂ ਕਿ ਦੁਨੀਆਂ ਦਾ ਮਨੁੱਖ ਜਿੰਦਾ ਤੂੰ ਗੁਲਾਮ ਹੋ ਆਪਣੇ ਆਪ ਨੂੰ ਸਦਾਨਾ ਮਹਿਸੂਸ ਕਰਦਾ, ਉਹ ਤੈਨੂੰ ਦਿਸਦਾ ਹੋਵੇ, ਅੰਦਰ ਦੀ ਵੀ ਕੋਈ ਗੁਲਾਮੀ ਹੈ, ਅੰਦਰ ਦੀ ਵੀ ਕੋਈ ਗੁਲਾਮੀ ਹੈ। ਉਹ ਅੰਦਰ ਦੀ ਗੁਲਾਮੀ ਨੂੰ ਦੂਰ ਕਰਨ ਲਈ ਸੰਤੋਖ ਬਹੁਤ ਜ਼ਰੂਰੀ ਹੈ। ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਜੇ ਅੱਗੇ ਲਫਜ਼ ਕਹਿਤਾ ਜੇ ਭੁੱਖ ਦੇ ਤਾਂ ਤੇਹੀ ਰਾਜਾ, ਦੁੱਖ ਵਿੱਚ ਸੁੱਖ ਬਣਾ ਹੈ। ਜੋ ਤੂੰ ਦੇ ਸੋਈ ਹਾਂ ਖਾਓ, ਵਿਆਹ ਦਰ ਨਾ ਹੀ ਕਹਿ ਦਰ ਜਾਓ। ਮੈਂ ਹੋਰ ਕਿਸੇ ਦਰ ਦਾ ਮੰਗਤਾ ਬਣਨਾ ਹੀ ਨਹੀਂ ਚਾਹੁੰਦਾ, ਕਿਉਂਕਿ ਮੰਗਤਾ ਗੁਲਾਮੀ ਦੀ ਨਿਸ਼ਾਨੀ ਹੈ। ਮੰਗਤਾ ਬਣਨਾ ਗੁਲਾਮੀ ਦੀ ਨਿਸ਼ਾਨੀ, ਕਿਉਂਕਿ ਮਾਲਕ ਕੁਛ ਦੇ ਨਾ ਦੇ ਉਹਦੀ ਮਰਜ਼ੀ ਹੈ। ਇਸ ਲਈ ਬਾਲਕ ਵਾਂਗ ਹੀ ਹੁਣ ਸਭ ਕੁਛ ਮੰਗਾਂ, ਮੰਗਤੇ ਵਾਂਗੂ ਨੇ ਮੈਂ ਬੱਚਿਆਂ ਵਾਂਗੂ ਮੰਗ, ਬੱਚਾ ਦਾਵੇ ਨਾਲ ਮੰਗਦਾ ਹੈ, ਪਰ ਗੁਲਾਮ ਦਾਵੇ ਨਾਲ ਨਹੀਂ ਮੰਗ ਸਕਦਾ, ਮੰਗਤਾ ਦਾਵੇ ਨਾਲ ਨਹੀਂ ਮੰਗ ਸਕਦਾ। ਕਹਿਣ ਲੱਗੇ ਮੈਂ ਤੇਰੇ ਦਰ ਦਾ ਮੰਗਤਾ ਬੱਚਿਆਂ ਵਾਂਗੂ ਬਣਨਾ ਚਾਹੁੰਦਾ,
ਤੂੰ ਮੈਨੂੰ ਆਪਣਾ ਬਣਾ ਲੈ, ਮੈਂ ਤੇਰਾ ਬਣ ਜਾਵਾਂ, ਫਿਰ ਮੈਂ ਤੋ ਜੋ ਕੁਛ ਵੀ ਮੰਗਾਂ ਉਹ ਮਿਲੇਗਾ, ਬਾਰਕ ਵਾਂਗੀ ਹੁਣ ਸਭ ਕੁਛ ਮੰਗਾਂ। ਸੋ ਗੁਰੂ ਬਖਸ਼ਿਸ਼ ਕਰਦਾ ਇਸ ਥਾਲ ਵਿੱਚ, ਇਹ ਤਿੰਨੇ ਵਸਤੂਆਂ ਪਾ ਕੇ ਦਿੰਦਾ, ਅਸੀਂ ਸੰਭਾਲ ਲਈਏ, ਇਹ ਸਾਡੀ ਖੁਸ਼ਕਿਸਮਤੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।